ਫਾਂਸੀ ਤੋਂ ਬਾਅਦ ਵੀ ਭਗਤ ਸਿੰਘ ਜਿੰਦਾ ਸੀ, ਮਰਿਆ ਨਹੀਂ। ਸਾਂ ਕੋਈ ਕੋਈ ਲਿੰਦਾ ਸੀ, ਅੱਖਾਂ ਅੱਧੀਆਂ ਖੁੱਲੀਆਂ ਅੱਧੀਆਂ ਬੰਦ ਸੀ, ਸਾਂ ਵੀ ਹੌਲੀ ਹੌਲੀ ਹੋਈ ਜਾਂਦੇ ਤੰਗ ਸੀ। ਉਹ ਵੀ ਚੇਤੇ ਹੋਣਾ ਜਦੋਂ ਟੁੱਟੇ ਕਰ ਕਰ ਸਤਲੁਜ ਵਿੱਚ ਬਹਾ ਦਿੱਤੇ, ਦਿਲ ਨਾ ਭਰਿਆ ਤਾਂ ਮਿੱਟੀ ਦਾ ਤੇਲ ਪਾ ਅੱਧ ਪਚੱਦੇ ਸੜਾ ਦਿੱਤੇ। ਕਹਿੰਦੇ ਚਰਖਾ ਚੱਲਿਆ ਤਾਂ ਹੀ ਆਜ਼ਾਦੀ ਆਈ ਸੀ, ਪਾਗਲ ਸੀ ਉਹ ਜਿਨ੍ਹਾਂ ਨੇ ਚੁੰਮ ਕੇ ਰੱਸੀ ਗਲ ਪਾਈ ਸੀ। ਸ਼ਹੀਦ ਹੋਣਾ ਤਾਂ ਅਸ਼ਫਾਕ ਕਦੇ ਦਾ ਸਿਖਾ ਗਿਆ, ਸ਼ਹੀਦ ਹੋਣਾ ਤਾਂ ਅਸ਼ਫਾਕ ਕਦੇ ਦਾ ਸਿਖਾ ਗਿਆ, ਬਿਸਮਿਲ ਵੀ ਸਰਫਰੋਸ਼ੀ ਦਾ ਗੀਤ ਕਈ ਵਾਰ ਗਾ ਗਿਆ। ਖੁਦੀ ਰਾਮ ਬੋਸ ਨੇ ਜਿੰਦ ਮੁਲਕ ਦੇ ਨਾਲ ਲਾ ਦਿੱਤੀ, ਕਰਤਾਰ ਸਿੰਘ ਸਰਾਬੇ ਨੇ ਜਵਾਨੀ ਮਿੱਟੀ ਵਿੱਚ ਰਲਾ ਦਿੱਤੀ। ਜਲੀਆਂ ਵਾਲੇ ਬਾਗ ਦੀ ਘਟਨਾ ਦੇਸ਼ ਨੂੰ ਰੁਲਾ ਗਈ, ਊਧਮ ਸਿੰਘ ਦੀ ਚੱਲੀ ਗੋਲੀ ਲੰਡਨ ਨੂੰ ਵੀ ਹਿਲਾ ਗਈ। ਚੰਦਰ ਸ਼ੇਖਰ ਆਜ਼ਾਦ ਨੇ ਮੌਤ ਛਾਤੀ ਨਾਲ ਲਾਈ ਸੀ, ਪਾਗਲ ਸੀ ਉਹ ਜਿਨ੍ਹਾਂ ਨੇ ਚੁੰਮ ਕੇ ਰੱਸੀ ਗਲ ਪਾਈ ਸੀ। ਉਸ ਵੇਲੇ ਮਾਵਾਂ ਕ੍ਰਾਂਤੀਕਾਰੀਆਂ ਨੂੰ ਜਨਮ ਦਿੰਦੀ ਸੀ, ਅੱਗੋ ਝੋਲੀ ਅੱਡ ਭਾਰਤ ਮਾਂ ਆਜ਼ਾਦੀ ਲਈ ਮੰਗ ਲੈਂਦੀ ਸੀ। ਅੱਜ ਕੱਲ੍ਹ ਬੁੱਢੇ ਮਾਪੇ ਬੋਝ ਜਿਹਾ ਲੱਗਦੇ ਨੇ, ਬਦਲ ਦੇਵਾਂਗਾ ਉਹਨਾਂ ਲੋਕਾਂ ਨੂੰ ਜੋ ਗੱਲ ਇੱਦਾਂ ਦੀ ਕਰਦੇ ਨੇ। ਲਾਡੀ ਨੇ ਵੀ ਕਸਮ ਭਗਤਾ ਤੇਰੇ ਸੇਵੇ ਦੀ ਖਾਈ ਸੀ, ਪਾਗਲ ਸੀ ਉਹ ਜਿਨ੍ਹਾਂ ਨੇ ਚੁੰਮ ਕੇ ਰੱਸੀ ਗਲ ਪਾਈ ਸੀ, ਪਾਗਲ ਸੀ ਉਹ ਜਿਨ੍ਹਾਂ ਨੇ ਚੁੰਮ ਕੇ ਰੱਸੀ ਗਲ ਪਾਈ ਸੀ। ਇਨਕਲਾਬ ਜਿੰਦਾਬਾਦ। ਫਾਂਸੀ ਤੋਂ ਬਾਅਦ ਵੀ ਭਗਤ ਸਿੰਘ ਜਿੰਦਾ ਸੀ,